ਸਪੀਕਰ ਸਾਹਿਬ ਕਿੱਦਾਂ ਦੇਖੀਏ ਸਮੂਹਿਕ ਵਰਤ ਇੱਥੇ ਰੱਖਿਆ ਜਾ ਰਿਹਾ, ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਨੇ ਉਹ ਜੇਲ੍ਹ ਦੇ ਪਿੱਛੇ ਨੇ ਔਰ ਵਰਤ ਦੀ ਸ਼ੁਰੂਆਤ ਜਿਹੜੀ ਇੱਥੇ ਕੀਤੀ ਜਾ ਰਹੀ ਹੈ? ਦੇਖੋ ਜੀ, ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਅਤੇ ਦੇਸ਼ ਦੇ ਵਿੱਚ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ, ਮਨੀਸ਼ ਸਿਸੋਦੀਆ ਜੀ ਦੀ ਅਗਵਾਈ ਦੇ ਵਿੱਚ ਔਰ ਸੰਜੇ ਸਿੰਘ ਜੀ ਦੀ ਅਗਵਾਈ ਦੇ ਵਿੱਚ ਲਾਮਿਸਾਲ ਕੰਮ ਹੋਏ ਕਿਸਾਨਾਂ ਲਈ। ਕਿਸਾਨਾਂ ਲਈ ਬੁਲੰਦ ਆਵਾਜ਼ ਕੀਤੀ ਪਾਰਲੀਮੈਂਟ ਦੇ ਵਿੱਚ, ਵਿਧਾਨ ਸਭਾ ਦੇ ਵਿੱਚ। ਕਿਸਾਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਚਾਹੁੰਦੇ ਸੀ ਬੀਜੇਪੀ ਵਾਲੇ, ਸਟੇਡੀਅਮ ਨੂੰ ਜੇਲ੍ਹ ਬਣਾ ਕੇ। ਅਰਵਿੰਦ ਜੀ ਨੇ ਸਿੱਧਾ ਸਿੱਧਾ ਉਹਨੂੰ ਉੱਥੋਂ ਮਨਾ ਕੀਤਾ। ਸੋ ਜਿਹੜੇ ਬੰਦੇ ਨੇ ਗਰੀਬਾਂ ਲਈ ਮੁਫ਼ਤ ਬਿਜਲੀ ਦਾ ਪ੍ਰਬੰਧ ਕੀਤਾ ਹੋਵੇ, ਮੁਫ਼ਤ ਪਾਣੀ ਦਾ ਪ੍ਰਬੰਧ ਕੀਤਾ ਹੋਵੇ, ਸਿਹਤ ਸਹੂਲਤਾਂ ਦਾ ਪ੍ਰਬੰਧ ਕੀਤਾ ਹੋਵੇ, ਉਹ ਐਕਸੀਡੈਂਟ ਹੋ ਜਾਵੇ, ਕਿਸੇ ਦਾ ਕੋਈ ਚੱਕਦਾ ਨਹੀਂ ਸੀ, ਫਰਿਸ਼ਤੇ ਸਕੀਮ ਦਿੱਤੀ ਹੋਵੇ, ਤੁਸੀਂ ਉਸ ਬੰਦੇ ਨੂੰ ਡਰਾਉਣਾ ਚਾਹੋ, ਉਹਨੂੰ ਖਰੀਦਣਾ ਚਾਹੋ, ਉਹ ਵਿਕੇ ਨਾ, ਡਰਾਉਣਾ ਚਾਹੋ ਡਰੇ ਨਾ, ਚੁੱਪ ਕਰਾਉਣਾ ਚਾਹੋ ਚੁੱਪ ਨਾ ਕਰੇ, ਅਤੇ ਤੁਸੀਂ ਜਦੋਂ ਇਲੈਕਸ਼ਨ ਆਉਣ ਫੜ ਕੇ ਉਹਨੂੰ ਅੰਦਰ ਦੇ ਦਿਓਗੇ? ਇਹ ਬਿਲਕੁਲ ਸਾਡੇ ਲੋਕਤੰਤਰ ਦੀ ਹੱਤਿਆ ਹੈ। ਸਾਡਾ ਜਿਹੜਾ ਸੰਵਿਧਾਨ ਬਾਬਾ ਸਾਹਿਬ ਭੀਮ ਰਾਵ ਅੰਬੇਦਕਰ ਦਾ ਦਿੱਤਾ ਹੋਇਆ, ਉਹਦੇ 'ਤੇ ਪ੍ਰਹਾਰ ਹੈ। ਸੋ ਦੇਸ਼ ਦੇ ਲੋਕਾਂ ਨੂੰ ਜਾਗਣਾ ਪਵੇਗਾ ਔਰ ਅਸੀਂ ਅਨਸ਼ਨ ਕਰਕੇ ਬੈਠਾਂਗੇ ਔਰ ਪਰਮਾਤਮਾ ਅੱਗੇ ਅਰਦਾਸ ਕਰਾਂਗੇ ਕਿ ਇਹ ਬੀਜੇਪੀ ਵਾਲਿਆਂ ਨੂੰ, ਬੀਜੇਪੀ ਵਾਲੇ ਸਾਰੇ ਤਾਂ ਮਾੜੇ ਨਹੀਂ ਹੋਣੇ, ਮੋਦੀ ਸਾਹਿਬ ਨੂੰ, ਨਰਿੰਦਰ ਮੋਦੀ ਜੀ ਨੂੰ, ਅਮਿਤ ਸ਼ਾਹ ਨੂੰ ਪਰਮਾਤਮਾ ਸਦਬੁੱਧੀ ਦੇਵੇ। ਪਰ ਜਿਸ ਤਰੀਕੇ ਨਾਲ ਇਹਦਾ ਪਾਰਟੀ ਦੇ ਉੱਤੇ ਕੀ ਇੰਪੈਕਟ ਪੈ ਰਿਹਾ, ਕਿਉਂਕਿ ਲਗਾਤਾਰ ਜਿੱਥੇ ਤੱਕ ਗੱਲ ਕੀਤੀ ਜਾਵੇ ਆਤਿਸ਼ੀ, ਜੋ ਮਿਨਿਸਟਰ ਆਤਿਸ਼ੀ ਨੇ, ਉਹਨਾਂ ਨੂੰ ਵੀ ਈਸੀ ਵੱਲੋਂ ਨੋਟਿਸ ਕੀਤਾ ਗਿਆ ਸੀਗਾ, ਕੱਲ੍ਹ ਦਾ ਸਮਾਂ ਉਹਨਾਂ ਨੂੰ ਦਿੱਤਾ ਗਿਆ ਸੀਗਾ, ਜੋ ਬੀਜੇਪੀ ਦੇ ਖਿਲਾਫ ਉਹਨਾਂ ਨੇ ਬਿਆਨ ਕੀ ਦਿੱਤਾ ਸੀਗਾ, ਕਹਿੰਦੇ ਉਸਦਾ ਜਵਾਬ ਦਿਓ, ਉਹ ਬਿਆਨ ਕਿਉਂ ਦਿੱਤਾ ਗਿਆ? ਹਾਲੇ ਵੀ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਵਿਧਾਇਕਾਂ ਨੂੰ ਕਾਲਸ ਜਿਹੜੀਆਂ ਨੇ ਜਾਂ ਫਿਰ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਨੂੰ ਕਾਲਸ ਜਿਹੜੀਆਂ ਆਉਣੀਆਂ ਹਾਲੇ ਵੀ ਬੰਦ ਨਹੀਂ ਹੋਈਆਂ? ਦੇਖੋ, ਪੰਜਾਬ ਵਾਲਾਂ ਦੀ ਤਾਂ ਗਰੰਟੀ ਆ, ਇਹ ਤਾਂ ਫਾਈਟਰ ਆ, ਇਹ ਜਿੰਨਾ ਡਰਾਉਣਗੇ ਉਹਨਾਂ ਛਾਲਾ ਮਾਰਨਗੇ। ਸੋ ਸਿੱਧੇ ਤੌਰ ਦੇ ਉੱਤੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਪੰਜਾਬ ਦੇ ਲੋਕਾਂ ਦੀ ਗਰੰਟੀ ਹੈ ਔਰ ਫਾਈਟਰ ਦੱਸਿਆ ਕੁਲਤਾਰ ਸਿੰਘ ਸੰਧਵਾ, ਜੋ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ।